ਜੂਸਫ ਕਜ਼ਾਬ ਨੇ ਮੇਰੀ ਜਿਹੜੀ ਮਾਂ ਸੀ ਉਹਦੇ ਨਾਲ ਦੇ ਕਾਫੀ ਨਜਾਇਜ਼ ਸੰਬੰਧ ਹੋ ਗਏ ਸੀ। ਮੇਰੀ ਮਾਂ ਦੇ ਜੂਸਫ ਕਜ਼ਾਬ ਨਾਲ ਕਾਫੀ ਜ਼ਿਆਦਾ ਨਜਾਇਜ਼ ਸੰਬੰਧ ਹੋ ਗਏ ਸੀ। ਮੈਂ ਆਪਣੀ ਅੰਮੀ ਤੋਂ ਪੁੱਛਿਆ, ਮੈਂ ਕਿਹਾ ਅੰਮੀ ਕੀ ਚੱਕਰ ਹੈ ਜੂਸਫ ਕਜ਼ਾਬ ਆਪਣੇ ਘਰੇ ਕਿਉਂ ਆਉਂਦਾ? ਉਹ ਕਹਿੰਦੀ ਪੁੱਤ ਤੇਰਾ ਪਿਓ ਆ ਦੂਜਾ। ਮੈਂ ਕਿਹਾ ਪਿਓ ਕਿਦਾਂ ਮੰਮੀ? ਉਹ ਕਹਿੰਦੀ ਪੁੱਤ ਇਹ ਜਿਹੜਾ ਜੂਸਫ ਕਜ਼ਾਬ ਆ ਇਹ ਮੇਰੀ ਫੁੱਦੀ ਮਾਰਦਾ 24 ਘੰਟੇ, ਇਹੀ ਤੇਰਾ ਪਿਓ ਆ। ਮੈਂ ਕਿਹਾ ਮੇਰਾ ਸਿਰਫ ਇੱਕ ਪਿਓ ਆ। ਉਹ ਕਹਿੰਦੀ ਨਹੀਂ ਨਹੀਂ ਤੇਰੇ ਪਿਓ ਤਾਂ ਬਹੁਤ ਨੇ, ਮਤਲਬ ਯੂਸਫ ਕਜ਼ਾਬ ਤੇਰੀ ਅੰਮੀ ਦੀ ਫੁੱਦੀ ਦਾ ਪੂਰਾ ਦਵਾਨਾ ਆ, ਤੇ ਹੁਣ ਇਹ ਤੇਰੀ ਅੰਮੀ ਦੀ ਫੁੱਦੀ ਉੱਤੇ ਕਰ ਦਗਰੀ ਬੈਠਾ, ਇਸ ਕਰਕੇ ਯੂਸਫ ਕਜ਼ਾਬ ਕਹਿੰਦੀ ਤੇਰਾ ਪਿਓ ਆ, ਤਾਂ ਮੈਂ ਮੰਨਿਆ ਯੂਸਫ ਕਜ਼ਾਬ ਮੇਰਾ ਪਿਓ ਆ। ਨਹੀਂ ਤਾਂ ਮੈਂ ਤਾਂ ਮੰਨਦਾ ਨਹੀਂ ਸੀ, ਮੈਂ ਤਾਂ ਕਿਹਾ ਸੀ ਯੂਸਫ ਕਜ਼ਾਬ ਕੋਈ ਗਾਂਧੂ ਆ, ਪਰ ਮੈਨੂੰ ਕੀ ਪਤਾ ਸੀ ਸਾਲਾ ਮੇਰੇ ਪਿਓ ਨਿਕਲੂ, ਪਤਾ ਥੋੜੀ ਸੀ ਪਹਿਲਾਂ, ਮੈਨੂੰ ਬਾਅਦ ਚ ਲੱਗਿਆ ਮੈਨੂੰ ਵੀ ਪਤਾ ਵੀ ਮੇਰੇ ਪਿਓ ਆ ਯੂਸਫ ਕਜ਼ਾਬ। ਚੱਲ ਮੈਂ ਫਿਰ ਮੰਨ ਲਿਆ, ਮੈਂ ਕਿਹਾ ਚੱਲ ਮੇਰਾ ਅੱਬਾ ਹੈ ਯੂਸਫ ਕਜ਼ਾਬ। ਯੂਸਫ ਕਜ਼ਾਬ ਨੇ ਮੈਨੂੰ ਸਿਖਾਇਆ ਫਿਰ ਵੀ ਆਪਣੇ ਆਪਾਂ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੀ ਕਿੱਦਾਂ ਸੌਦੇ ਕਰਨੇ, ਡੀਲ ਕਿੱਦਾਂ ਕਰਨੀ ਇਹਨਾਂ ਦੀ, ਸਾਰਿਆਂ ਦੀ ਸਾਰਾ ਕੰਮ ਮੈਨੂੰ ਇਹਨੇ ਸਿਖਾਇਆ ਯੂਸਫ ਕਜ਼ਾਬ ਨੇ। ਮੇਰਾ ਪਿਓ ਵੀ ਸੀ, ਮੇਰਾ ਉਸਤਾਦ ਵੀ ਸੀ। ਬਾਕੀ ਫਿਰ ਅਸੀਂ ਅਫਗਾਨਿਸਤਾਨ ਚਲ ਗਏ, ਉੱਥੇ ਕਰਜ਼ਾਈ ਨੇ ਟਿੱਕਾ ਦਵਾਤਾ ਸਾਨੂੰ। ਇੱਥੋਂ ਮਸੀ ਮਦਰੱਸਾ ਚੋਂ ਮੈਂ ਤੇ ਮੇਰਾ ਅੱਬਾ ਯੂਸਫ ਕਜ਼ਾਬ ਕੁੜੀਆਂ ਲੈ ਕੇ ਜਾਂਦੇ ਸੀ, ਉੱਥੇ ਸਪਲਾਈ ਕਰਦੇ ਸੀ ਇੰਡੀਅਨ ਅਮਰੀਕਾ ਵਾਲਿਆਂ ਨੂੰ। ਆਹ ਕਾਗਜ਼ ਚ ਪਏ ਕੋਈ ਡੀਲ ਵਗੈਰਾ ਹੋਈ ਸਾਡੀ ਡੀਲ, ਕਹਿੰਦਾ ਡੀਲ ਕੀਤੀ ਅਸੀਂ ਵੀ ਅਸੀਂ ਜਿੰਨੀਆਂ ਮੁਸਲਮਾਨ ਕੁੜੀਆਂ ਦੇ ਫੁੱਦੇ ਅਸੀਂ ਇੰਡੀਆ ਅਮਰੀਕਾ ਕੋਲੋਂ ਕਰਵਾਵਾਂਗੇ, ਤੁਸੀਂ ਸਾਨੂੰ ਪੈਸੇ ਦੇਵੋਗੇ। ਅੱਬ ਕਹਿੰਦਾ ਮੈਂ ਕਰਜ਼ਾਈ ਤੇ ਲਿਖਾਇਆ ਕਿਉਂਕਿ ਮੈਨੂੰ ਤਾਂ ਵਿਸ਼ਵਾਸ ਨਹੀਂ ਸੀ, ਮੈਨੂੰ ਪਤਾ ਸੀ ਸ਼ੁਰੂ ਤੋਂ ਹੀ ਇਹ ਇੰਡੀਆ ਵਾਲਿਆਂ ਦਾ ਕੰਮ ਹੀ ਇਹ ਆ ਕਿ ਸਾਡੀ ਮੁਸਲਮਾਨ ਕੁੜੀਆਂ 14 ਦਿਨ ਬਾਅਦ ਪੈਸੇ ਦਿੰਦੇ ਨੇ, ਇਸ ਕਰਕੇ ਮੈਂ ਕਿਹਾ ਲਿਖ ਕੇ ਦਿਓ ਭਾਈ। ਉਹ ਕਹਿੰਦਾ ਚੱਲ ਠੀਕ ਆ ਲਿਖਾ ਲਾ। ਮੈਂ ਕਾਗਜ਼ ਤੇ ਕਹਿੰਦਾ ਲਿਖਾਇਆ, ਕਾਗਜ਼ ਪਿਆ ਮੇਰੇ ਕੋਲ, ਇਹਦੇ ਵਿੱਚ ਇਹ ਵੀ ਲਿਖਾਇਆ ਵੀ ਯੂਸਫ ਕਜ਼ਾਬ ਮੇਰਾ ਪਾਰਟਨਰ ਆ। ਉਹ ਕਹਿੰਦੇ ਤੁਸੀਂ ਮੁੜ ਕੇ ਰੌਲਾ ਪੈ ਗਿਆ, ਉਹ ਕਹਿੰਦੇ ਤੁਸੀਂ ਅੱਬਾ ਆ ਤੇ ਤੁਹਾਡਾ ਪੁੱਤ ਆ ਤੇ ਦੋਨੇ ਪਿਓ ਪੁੱਤ ਪਾਰਟਨਰ ਬਣੇ ਫਿਰਦੇ ਹੋ। ਮੈਂ ਕਿਹਾ ਤਾਂ ਕੀ ਹੋ ਗਿਆ? ਅਸੀਂ ਮੁਸਲਮਾਨ ਕੁੜੀਆਂ ਦੇ ਫੁੱਦੇ ਪੜਵਾਉਂਦੇ ਹਾਂ, ਚਾਹੇ ਅਸੀਂ ਜੋ ਮਰਜ਼ੀ ਹਾਂ। ਆਹ ਦੇਖੋ ਫਿਰ ਮੈਂ ਫਾਈਲ ਲਾ ਲਈ ਪੱਕੀ, ਉਹਦੇ ਵਿੱਚ ਮੈਂ ਨੋਟ ਕਰਦਾ ਰਹਿੰਦਾ ਸੀ ਕਿਹੜੀ ਕਿਹੜੀ ਮੁਸਲਮਾਨ ਕੁੜੀਆਂ ਕਿਹੜੇ ਮਦਰੱਸੇ 'ਚ ਲੈ ਕੇ ਗਈਆਂ, ਕਦੋਂ ਲੈ ਕੇ ਗਿਆ, ਕਦੋਂ ਉਹਦੀ ਫੁੱਦੀ ਪੜਵਾਈ, ਕਨੇਡੀਅਨ ਨੇ ਲਈ, ਕਿੰਨੇ ਅਮਰੀਕਾ ਵਾਲਿਆਂ ਨੇ ਲਈ, ਕਿੰਨੇ ਇੰਗਲੈਂਡ ਵਾਲਿਆਂ ਨੇ ਲਈ, ਸਾਰਾ ਮੈਂ ਡਾਟਾ ਮੈਂਟੇਨ ਕੀਤਾ। ਦੇਖ ਲਓ ਸਾਰਾ ਡਾਟਾ ਮੇਰੇ ਕੋਲ, ਸਾਰਾ ਡਾਟਾ ਟੋਟਲੀ। ਇੰਡੀਅਨ ਆਰਮੀ ਦੇ ਬੰਦੇ ਕਸ਼ਮੀਰ ਤੋਂ ਆਉਂਦੇ ਸੀ, ਉੱਥੇ ਮੁਸਲਮਾਨ ਕੁੜੀਆਂ ਦੀ ਫੁੱਦੀ ਮਾਰ ਅਫਗਾਨਿਸਤਾਨ 'ਚ।